ਵਪਾਰ ਕੌਂਸਲ ਦੇ ਵਕੀਲਾਂ ਦੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਉੱਤੇ ਜ਼ਿਲ੍ਹਾ ਕਚਹਿਰੀਆਂ ਦੇ ਸਾਹਮਣੇ ਕੇਕ ਕੱਟ ਕੇ ਅਤੇ ਬਰਫ਼ੀ ਦੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਇਆ ਗਿਆ। ਇਸ ਮੌਕੇ ਵਪਾਰ ਕੌਂਸਲ ਰੂਪਨਗਰ ਦੇ ਪ੍ਰਧਾਨ ਸੂਰਜਪਾਲ ਨੇ ਕਚਹਿਰੀ ਵਿੱਚ ਆਏ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਕੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦੀ ਜ਼ੀਰੋ ਲਾਈਨ ਟੀਵੀ ਦੇ ਲਈ ਰਿਪੋਰਟ। ਹਾਂਜੀ ਵਕੀਲ ਸਾਹਿਬ, ਅੱਜ ਕੀ ਸਮਾਗਮ ਕੀਤਾ ਗਿਆ, ਅੱਜ ਕੇਕ ਕੱਟਿਆ ਗਿਆ ਜਿਹੜਾ? ਅੱਜ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਬਾਰ ਐਸੋਸੀਏਸ਼ਨ ਰੋਪੜ ਵੱਲੋਂ ਦੇਗ ਕੜਾਹ ਪ੍ਰਸ਼ਾਦ ਦੇਗ ਅਤੇ ਕੇਕ ਅਤੇ ਬਰਫੀ ਦਾ ਲੰਗਰ ਲਾਇਆ ਗਿਆ, ਜਿਹੜਾ ਕਿ ਗੁਰੂ ਨਾਨਕ ਦੇਵ ਜੀ ਦਾ ਇਹ ਅੱਜ ਜਨਮ ਦਿਨ ਮਨਾਇਆ ਜਾ ਰਿਹਾ, ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ। ਸਾਰੇ ਵਕੀਲ ਸਾਹਿਬਾਨ ਅਤੇ ਸਾਰੇ ਲਿਟੀਗੈਂਟਸ ਬਹੁਤ ਹੀ ਸ਼ਰਧਾ ਹੈ ਅਤੇ ਬਹੁਤ ਹੀ ਧੂਮ ਨਾਲ ਮਨਾ ਰਹੇ ਨੇ ਸਾਰੇ। ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਰੇ ਬੰਦਿਆਂ ਨੇ ਪਾਰਟੀਸਪੇਟ ਇਹਦੇ 'ਚ ਕੀਤਾ ਹੈਗਾ ਅਤੇ ਸਾਰਿਆਂ ਦੀ ਪਾਰਟੀਸਪੇਸ਼ਨ ਨਾਲ ਅਸੀਂ ਇਹ ਜਿਹੜਾ ਹੈਗਾ ਅਰੇਂਜ ਕਰ ਸਕੇ ਹਾਂ ਅਤੇ ਉਹਨਾਂ ਦਾ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਅਸੀਂ ਗੁਰਪੁਰਬ ਹੈ ਬੜੀ ਧੂਮਧਾਮ ਨਾਲ ਮਨਾ ਰਹੇ ਹਾਂ। ਅਤੇ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ, ਕੀ ਅੱਜ ਕਹਿਣਾ ਚਾਹੁੰਦੇ ਹੋ? ਅੱਜ ਇਸ ਸਾਂਝੀ ਵਾਲਤਾ ਦੇ ਉਪਦੇਸ਼ ਦੇ ਤਹਿਤ ਹੀ ਸਾਰੇ ਜਿੰਨੇ ਵੀ ਸਾਡੇ ਵਕੀਲ ਭਾਈ ਸਾਹਿਬਾਨ ਹੈ, ਭਾਵੇਂ ਕਿਸੇ ਵੀ ਧਰਮ ਨਾਲ ਕੋਈ ਜੁੜਿਆ ਹੋਇਆ, ਸਾਰਿਆਂ ਨੇ ਇਸ ਦੇ ਵਿੱਚ ਪਾਰਟੀਸਪੇਸ਼ਨ ਪੂਰੇ ਤਨੋਂ ਮਨੋਂ ਧਨੋਂ ਪੂਰੀ ਕੀਤੀ ਹੈ। ਸਾਰੇ ਸੇਵਾ ਵੀ ਨਿਭਾ ਰਹੇ ਹੈ ਅਤੇ ਸਾਰੇ ਇਸ ਗੱਲ ਦੀ ਬੜੀ ਖੁਸ਼ੀ ਮਨਾ ਰਹੇ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਇੱਕ ਇਹੋ ਜਿਹੇ ਗੁਰੂ ਹੈਗੇ ਆ ਜਿਨ੍ਹਾਂ ਨੂੰ ਸਾਰੇ ਆਪਣਾ ਗੁਰੂ ਮੰਨਦੇ ਹੈ, ਭਾਵੇਂ ਉਹ ਕਿਸੇ ਵੀ ਕਮਿਊਨਿਟੀ ਦੇ ਹੋਣ, ਕਿਸੇ ਦੇਸ਼ ਦੇ ਹੋਣ। ਇਸ ਕਰਕੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਸਾਰਿਆਂ ਨੇ ਬੜੇ ਧੂਮਧਾਮ ਨਾਲ ਇਹ ਸਾਰੇ ਸ਼ਰਧਾ ਪੂਰਵਕ ਇਹਦੇ 'ਚ ਪਾਰਟੀਸਪੇਸ਼ਨ ਕੀਤੀ ਹੈ ਅਤੇ ਧੂਮਧਾਮ ਨਾਲ ਮਨਾ ਰਹੇ ਹਾਂ।